ਹਾਂਜੀ ਰੋਮੀ ਲਾਇਸੈਂਸ ਸੈਂਟਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇੱਕ ਡੀਵੀਏਟੋ ਦੇ ਚੈਪਟਰ ਦਾ ਟੈਸਟ ਜਿਹਦੇ ਵਿੱਚ ਟੋਟਲ 20 ਸਵਾਲ ਹੋਣਗੇ ਤੇ ਉਹਨਾਂ 20 ਸਵਾਲਾਂ ਦਾ ਅਸੀਂ ਕਰਦੇ ਹਾਂ ਕੰਪਲੀਟ ਟੈਸਟ ਸੋ ਹਰ ਸਵਾਲ ਨੂੰ ਪਹਿਲਾਂ ਇਟਾਲੀਅਨ ਚ ਪੜਿਆ ਜਾਏਗਾ ਇਟਾਲੀਅਨ ਚ ਪੜਨ ਤੋਂ ਬਾਅਦ ਤੁਹਾਡੇ ਕੋਲ ਜਵਾਬ ਦੇਣ ਲਈ ਟੋਟਲ 5 ਸੈਕਿੰਡ ਹੋਣਗੇ ਸਾਈਡ ਤੇ ਤੁਸੀਂ ਆਪਣਾ ਕਾਪੀ ਪੈਨ ਲੈ ਸਕਦੇ ਹੋ ਇਟਾਲੀਅਨ ਚ ਪੜ੍ਹਨ ਤੋਂ ਬਾਅਦ ਟੋਟਲ 35 ਸੈਕਿੰਡ ਹੋਣਗੇ ਤੁਸੀਂ ਆਪਣਾ ਜਵਾਬ ਲਿਖ ਸਕਦੇ ਹੋ ਜੋ ਵੀ ਤੁਹਾਨੂੰ ਲੱਗਦਾ ਹੈ ਵੇਰੋ ਜਾਂ ਫਾਲਸੋ 5 ਸੈਕਿੰਡ ਖਤਮ ਹੁੰਦੇ ਹੀ ਤੁਹਾਨੂੰ ਉਹ ਕੁਐਸਚਨ ਵੇਰੋ ਜਾਂ ਫਾਲਸੋ ਜੋ ਹੈਗਾ ਉਹਦਾ ਰਾਈਟ ਆਨਸਰ ਦੱਸਿਆ ਜਾਏਗਾ ਵੇਰੋ ਕਿਉਂ ਹੈ ਤੇ ਫਾਲਸੋ ਕਿਉਂ ਹੈ ਉਹ ਸਵਾਲ ਤੁਹਾਨੂੰ ਵਿਦ ਵਿਆਖਿਆ ਸਮਝਾਇਆ ਜਾਏਗਾ ਕਿ ਕਿਉਂ ਵੇਰੋ ਆ ਤੇ ਕਿਉਂ ਫਾਲਸੋ ਆ ਨਾਲ ਦੀ ਨਾਲ ਹਰ ਸਵਾਲ ਨੂੰ ਕੱਲੇ ਕੱਲੇ ਲਫ਼ਜ਼ ਨੂੰ ਪੰਜਾਬੀ ਚ ਟਰਾਂਸਲੇਟ ਕਰਕੇ ਦੱਸਿਆ ਜਾਏਗਾ ਕਿ ਕਿਉਂ ਵੇਰੋ ਤੇ ਕਿਉਂ ਫਲਸਵਾ ਸੋ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਸਾਈਨ ਨੂੰ ਧਿਆਨ ਨਾਲ ਦੇਖ ਲਓ ਸਿਗਨਲ ਜੋ ਹੈਗਾ ਡੀਵੀਏਟੋ ਦਾ ਔਰ ਸਪੀਡ ਲਿਮਿਟ ਖਤਮ ਹੋ ਰਹੀ ਆ ਲੀਮਿਤੇ ਮਾਸsimo ਦੀ ਵੇਲੋਚਿਤਾ ਫੀਨੇ ਇਲ ਸਿਗਨਲ ਰੈਫਿਗੁਰਾਟੋ ਕੋਂਸੈਂਤੇ ਦੀ ਚਿਰਕੁਲਾਰੇ ਐਂਟਰੋ ਇ ਲਿਮਿਤੇ ਵੇਲੋਚਿਤਾ ਵਿਜੈਂਤੀ ਪਰ ਕੁਏਲ tipo di strada so thode 5 second shuru hunde ne okay ji so is the right answer jo hai gaya vero vero is liye kyunki signal sanu jo keh reha ki jo thade te 50 te chaln di speed si gi maximum oh khatam ho gayi hai kya abhi hun assi 50 to upar vi chal sakde ha lekin assi us ਸਪੀਡ ਤੋਂ ਜ਼ਿਆਦਾ ਨਹੀਂ ਚੱਲਣਾ ਜੋ ਉਸ ਰੋਡ ਦੀ ਕਾਨੂੰਨੀ ਤੌਰ ਤੇ ਲਾਗੂ ਹੁੰਦੀ ਆ ਜਿੱਦਾਂ ਕਿ ਇਟਲੀ ਦੀ ਹਰ ਰੋਡ ਦੀ ਇੱਕ ਆਪਣੀ ਸਪੀਡ ਲਿਮਿਟ ਲਾਗੂ ਆ ਸੋ ਇਹ ਨਹੀਂ ਕਿ ਪੰਜਾਬ ਦੀ ਸਪੀਡ ਖਤਮ ਹੋ ਗਈ ਆ ਤੇ ਅਸੀਂ ਜਿੰਨੇ ਮਰਜ਼ੀ ਤੇ ਚੱਲ ਸਕਦੇ ਆ ਸੋ ਕਹ ਰਹੇ ਕਿ ਇਲ ਸਿਗਨਲ ਐਰਾ ਫਿਗੁਰਾਟੋ ਕੋਂਸੈਂਤੇ ਇਜਾਜ਼ਤ ਦੀ ਚਿਰਕੋਲਾਰੇ ਕਿ ਚੱਲਣਾ ਇਜਾਜ਼ਤ ਹੈ ਐਂਤਰੋ ਲਿਮਿਤੇ ਵਿਲੋਚੀਤਾ ਉਸ ਲਿਮਿਟ ਦੇ ਅੰਦਰ vigenti jo lagu hai quel tipo di strada ke us kism de road di ke signal keh reya ke us speed te chalna lagu hai chalna ijazat hai jo us road de liye lagu kiti hui hai consente circolare ke chal sakde ho entro limite velocità us limit de andar विजयंती quel tipo di strada jo us road layi lagu hai sonde to jyada nahi jo us road layi lagu hai sirf unne te assi chal sakde ha sawal siga vero question number 2 sign hai ga ya jo das re hai ke soste di manaahi hai kyunki parking handicap lokan layi reserve hai ke jo parking hai utthe sirf handicap vehicle hi kar sakde ne ਕਿ ਜੋ ਹੈਂਡੀਕੈਪ ਲੋਕ ਨੇ ਉਹਨਾਂ ਦੇ ਵਹੀਕਲ ਹੀ ਉੱਥੇ ਸੋਸਤਾ ਕਰ ਸਕਦੇ ਨੇ ਲੇਕਿਨ ਉਹਨਾਂ ਤੋਂ ਇਲਾਵਾ ਕੋਈ ਵੀ ਹੋਰ ਨਹੀਂ ਕਰ ਸਕਦਾ ਇਲ ਸਿਗਨਾਲ ਐ ਰਾ ਫਿਗੁਰਾਟੋ ਐ ਉਨ ਸਿਗਨਾਲੇ ਦੀ ਪ੍ਰੈਸਕ੍ਰਿzione ਤੁਹਾਡੇ 5 ਸੈਕਿੰਡ ਸ਼ੁਰੂ ਹੁੰਦੇ ਨੇ ਓਕੇ ਜੀ ਸਵਾਲ ਦਾ ਰਾਈਟ ਆਨਸਰ ਹੈਗਾ ਵੇਰੋ ਕਿਉਂਕਿ ਇਹ ਸਿਗਨਲ ਇਲ ਸਿਗਨਾਲੇ ਰਾਫਿਗੁਰਾਟੋ ਕਿ ਇਹ ਦਿਖਾਇਆ ਗਿਆ ਸਾਈਨ ਉਨ ਸਿਗਨਾਲੇ ਪ੍ਰੈਸਕ੍ਰਿਜ਼ਿਓਨੇ ਕਿ ਕ ਪਾਬੰਦੀ ਦਾ ਸਾਈਨ ਹੈ ਪਾਬੰਦੀ ਕੀਆ ਕਿ ਜੋ ਪਾਰਕਿੰਗ ਹੈਂਡੀਕੈਪ ਲੋਕਾਂ ਲਈ ਬਣੀ ਹੋਈ ਆ ਉਥੇ ਕੋਈ ਆਮ ਗੱਡੀ ਸੋਸਤਾ ਨਹੀਂ ਕਰ ਸਕਦੀ ਵੇਰੋ 3 ਨੰਬਰ ਸੋਸਤੇ ਦੀ ਮਨਾਹੀ ਦਾ ਸਾਈਨ ਹੈ ਕਿ ਸੋਸਤਾ ਨਹੀਂ ਕਰਨਾ ਇਲ ਸਿਗਨਾਲੇ ਰਾਫਿਗੁਰਾਟੋ ਵੀ ਇਤਲਾ ਸੋਸਤਾ ਦੇ ਵਹੀਕਲੀ ਸੁ ਆੰਬੂ ਇਲਾਤੀ ਡੇ ਲਾ ਕਰੇ ਜਾਤਾ 5 ਸੈਕਿੰਡ ਸ਼ੁਰੂ ਹੁੰਦੇ ਨੇ ਸੋ ਸਵਾਲ ਹੈਗਾ ਆ ਫਾਲਸੋ ਫਾਲਸੋ ਇਸ ਲਈ ਹੈ ਕਿਉਂਕਿ ਇਹ ਸਾਈਨ ਰੋਡ ਦੀ ਜਿਸ ਵੀ ਸਾਈਡ ਲੱਗਾ ਹੈ ਮਨਾਹੀ ਸਿਰਫ ਉਸੇ ਹੀ ਸਾਈਡ ਹੁੰਦੀ ਆ ਮੰਨ ਲਓ ਕਿ ਇਹ ਸਾਈਨ ਲੱਗਾ ਹੈ ਰੋਡ ਦੀ ਸੱਜੀ ਸਾਈਡ ਤੇ ਮਨਾਹੀ ਸਿਰਫ ਸੱਜੀ ਸਾਈਡ ਆ ਖੱਬੀ ਸਾਈਡ ਨਹੀਂ ਅਗਰ ਸਾਈਨ ਬੋਰਡ ਲੱਗਾ ਖੱਬੀ ਸਾਈਡ ਤਾਂ ਮਨਾਹੀ ਸਿਰਫ ਖੱਬੀ ਸਾਈਡ ਦਾ ਸੱਜੀ ਸਾਈਡ ਨਹੀਂ ਜਦ ਤੱਕ ਇਹਦੇ ਨੀਚੇ ਕੋਈ ਸਪੈਸ਼ਲ ਫੱਟੀ ਨਹੀਂ ਜੋੜੀ ਜਾਂਦੀ ਸਵਾਲ ਕਹਿੰਦਾ ਹੈ ਇਲ ਸੀਗਨਾਲੇ ਵੀ ਇਹ ਤਾਂ ਕਿਸ ਮਨਾਹੀ ਦੇ ਰਿਹਾ ਲਾਸੋਲਤਾ ਪਾਰਕਿੰਗ ਦਿਵੈ ਕੋਲੀ ਆੰਬੋ ਇ ਲਾਤੀ ਆੰਬੋ ਇ ਲਾਤੀ ਦਾ ਦੋਨੋ ਹੀ ਸਾਈਡਾਂ ਦਿਲਾ ਕਰੇ ਜਾਤਾ ਕਿ ਇਹ ਸਿਗਨਲ ਰੋਡ ਦੀ ਦੋਨੋਂ ਹੀ ਸਾਈਡਾਂ ਤੇ ਸੋਸਤੇ ਦੀ ਮਨਾਹੀ ਦੇ ਰਿਹਾ ਫਾਲਸੋ ਮਨਾਹੀ ਸਿਰਫ ਉਸ ਸਾਈਡਾਂ ਜਿੱਧਰ ਸਿਗਨਲ ਲਗਾਇਆ ਹੁੰਦਾ ਚਾਰ ਨੰਬਰ ਧਿਆਨ ਨਾਲ ਇਹ ਸਿਗਨਲ ਰੈਫਿਗੁਰਾਟੋ ਇਮਪੋਨੇ ਦੀ ਮਾਨਟੇਨਰੇ ਉਨਾ ਡਿਸਟਾਂਸਾ ਦੀ ਸਿਕੁਰੇਜ਼ਾ ਅਲ ਮੈਨੋ 80 ਮੀਟਰ ਸੈਕਿੰਡ ਸ਼ੁਰੂ ਹੁੰਦੇ ਨੇ ओके जी ਸਵਾਲ ਦਾ ਰਾਈਟ ਆਨਸਰ ਹੈਗਾ ਫਾਲਸੋ ਕਿਉਂਕਿ ਸਿਗਨਲ ਜੋ ਦਿਖਾ ਰਿਹਾ ਹੈ ਇਹ ਹੈਗੀ ਇੱਕ ਮੈਕਸਿਮਮ ਸਪੀਡ ਲਿਮਿਟ ਜਿਹਦੇ ਤੋਂ ਵੱਧ ਅਸੀਂ ਨਹੀਂ ਚੱਲ ਸਕਦੇ ਮਤਲਬ ਕਿ ਅਸੀਂ 80 ਤੋਂ 90 ਨਹੀਂ ਜਾਣਾ 80 ਜਾਂ 80 ਤੋਂ نیچے ਰਹਿਣਾ ਹੈ ਲੇਕਿਨ ਸਵਾਲ ਕੀ ਕਹਿ ਰਿਹਾ ਹੈ ਇਲ ਸਿਗਨਾਲੇ ਇਮਪੋਨੇ ਇਮਪੋਨੇ ਦਾ ਲਾਗੂ ਕਰਨਾ ਮਾਨ tenere distanza di sicurezza ਮਾਨ tenere ਦਾ ਬਣਾ ਕੇ ਰੱਖੋ ਸੁਰੱਖਿਆ ਦੂਰੀ ਅਲਮੇਨੋ ਘਟੋ ਘਟ 80 ਮੀਟਰ ਕਿ ਇਹ ਸਿਗਨਲ ਸਾਨੂੰ ਇਹ ਲਾਗੂ ਕਰ ਰਿਹਾ ਕਿ ਘਟੋ ਘਟ ਅਗਲੀ ਗੱਡੀ ਤੋਂ 80 ਮੀਟਰ ਦੀ ਦੂਰੀ ਰੱਖੋ ਸੁਰੱਖਿਆ ਦੂਰੀ ਫਾਲਸ ਇਹ ਕੋਈ ਸੁਰੱਖਿਆ ਦੂਰੀ ਨਹੀਂ ਲਾਗੂ ਕਰ ਰਿਹਾ ਇਹ ਇੱਕ ਮੈਕਸਿਮਮ ਸਪੀਡ ਲਿਮਟ ਦਾ ਸਾਈਨ ਹੈ ਜਿੰਦੇ ਤੋਂ ਉੱਪਰ ਨਹੀਂ ਚੱਲਣਾ ਕੁਐਸਚਨ ਨੰਬਰ 5 Il segnale raffigurato consente il transito ai quadrocicli a motori 5 second shuru hunde ne okay ji is sawal da right answer hage vero dekho ye sign jeda ya eh manaahi de reha sirf cyclelan yani ki jo cyclelan di category hai us cyclelan nu chalna mana hai lekin baaki sare chal sakde ne ਕਿ ਸਾਈਕਲਾਂ ਉਸ ਰੋਡ ਚ ਦਾਖਲ ਨਹੀਂ ਹੋਣਗੀਆਂ ਜਿਸ ਰੋਡ ਉੱਪਰ ਇਹ ਸਾਈਨ ਲੱਗਿਆ। ਬਾਕੀ ਸਾਰੇ ਜਾ ਸਕਦੇ ਨੇ। ਇਲ ਸੀਗਨੈਲ ਰੈਫਿਗੁਰਾਟੋ ਕੋਂਸੈਂਤੇ ਕਿ ਇਜਾਜ਼ਤ ਹੈ। ਤ੍ਰਾਂਸੀਤੋ ਚਲਨਾ ਕੁਆਡਰੋਚੀਕਲੀ ਮੋਟੋਰੇ। ਕੁਆਡਰੋਚੀਕਲੀ ਮੋਟੋਰੇ ਹੁੰਦੇ ਨੇ 4-ਵਿਲਰ। ਕਿ ਇੰਜਨ ਵਾਲਾ 4-ਵਿਲਰ ਜੋ ਆ ਉਸ ਨੂੰ ਚੱਲਣ ਦੀ ਇਜਾਜ਼ਤ ਹੈ। ਵੇਰੋ 6 ਨੰਬਰ in presenza del segnale raffigurato consentito consentito transito ai motocicli 5 second shuru hunde ne so right answer hai gaya vero vero isliye hai kyunki signal ch mana hi sirf makine agricole kheti wali mashina yani ki tractoran nu chalna mana hai ਬਾਕੀ ਸਾਰੇ ਚੱਲ ਸਕਦੇ ਨੇ ਕਿ ਜਿਸ ਰੋਡ ਉੱਪਰ ਇਹ ਸਾਈਨ ਲੱਗਿਆ ਉੱਥੇ ਖੇਤੀ ਵਾਲੀ ਮਸ਼ੀਨਾਂ ਨਹੀਂ ਚੱਲ ਸਕਦੀਆਂ ਲੇਕਿਨ ਬਾਕੀ ਚੱਲ ਸਕਦੇ ਨੇ 임프레সেনza segnale ਕਿ ਇਸ ਸਾਈਨ ਦੀ ਮੌਜੂਦਗੀ ਚ ਐ ਕੋਂਸੈਂਟਿਟੋ ਇਜਾਜਤ ਹੈ 트랜ਸੀ토 ਮੋਟੋਚਿக்ਲੀ ਕਿ ਮੋਟਰਸਾਈਕਲਾਂ ਨੂੰ ਚੱਲਣਾ ਇਜਾਜਤ ਹੈ ਵੇਰੋ 7 ਨੰਬਰ ਇਲ ਸਿਗਨਾਲੇ E integrated con pannello B indica una zona rimozione equata pan second shuru hunde ne so right answer hai gaya vero kyunki sin a jo keh raha hai sochte di manahi a lekin sin a de naal b fatti agar laga ditti jaave ta matlab kiya ਕਿ ਸੋਸਤੇ ਦੀ ਮਨਾਹੀ ਆ ਅਗਰ ਤੁਸੀਂ ਗੱਡੀ ਸੋਸਤਾ ਕਰਦੇ ਹੋ ਤੁਹਾਡੀ ਗੱਡੀ ਚੱਕ ਲਈਤੀ ਜਾਏਗੀ ਕਿਉਂਕਿ ਗੱਡੀ ਨੂੰ ਚੱਕਿਆ ਜਾਏਗਾ ਸਿਗਨਲ ਏ ਇੰਟੀਗਰਾਤੂ ਨੱਗਾ ਹੋਵੇ ਇੰਟੀਗਰਾਤ ਹੁੰਦਾ ਜੁੜਿਆ ਹੋਣਾ ਜਾਂ ਲਗਾਇਆ ਹੋਣਾ ਪਨੇਲੂ ਬੀ ਕਿ ਏ ਦੇ ਨਾਲ ਅਗਰ ਬੀ ਫੱਟੀ ਜੁੜੀ ਹੈ ਇੰਡੀਕੇਟਾ ਫੱਟੀ ਸਾਨੂੰ ਦੱਸ ਰਹੀ ਏ ਉਹਨਾ ਜ਼ੋਨਾ ਕਿਸ ਜਗ੍ਹਾ ਤੇ ਰਿਮੋਸਿਓਨੇ ਕੁਆਤਾ ਗੱਡੀ ਚੱਕੀ ਜਾਏਗੀ ਕਿ ਜੇ ਸੋਸਤਾ ਕਰਦੇ ਹੋ ਤਾਂ ਗੱਡੀ ਚੱਕੀ ਜਾਂਦੀ ਆ ਵੇਰੋ 8 ਨੰਬਰ ਇਲ ਸਿਗਨਲੇ ਰਫਿਗੁਰਾਤੋ ਕੋਨਸੈਂਟ ਲਾ ਸੋਸਤਾ ਪਾਰਟਿਕੋਲਾਰੀ ਕੈਟੇਗੋਰੀਏ ਦੀ ਵਹੀਕੋਲੀ 5 ਸੈਕਿੰਡ ਸ਼ੁਰੂ ਹੁੰਦੇ ਨੇ ਓਕੇ ਜੀ ਸੋ ਸਵਾਲ ਦਾ ਰਾਈਟ ਆਨਸਰ ਹੈਗਾ ਆ ਫਾਲਸੋ ਦੇਖੋ ਜਿਹੜਾ ਸਾਈਨ ਆ ਇਹ ਦੱਸ ਰਿਹਾ ਪਾਸੋ ਕਾਰਾ ਬੀਲੇ ਇੱਕ ਪ੍ਰਾਈਵੇਟ ਪ੍ਰੋਪਰਟੀ ਜਿਹਦੇ ਅੱਗੇ ਅਸੀਂ ਸੋਸਤਾ ਨਹੀਂ ਕਰ ਸਕਦੇ ਇਸ ਸਾਈਨ ਦੀ ਮੌਜੂਦਗੀ 'ਚ ਸੋਸਤਾ ਕਰ ਸਕਦੇ ਨੇ ਲੇਕਿਨ ਜਿੱਦਾਂ ਇੱਕ ਐਮਬੂਲੈਂਸ ਹੋ ਗਈ ਅੱਗ ਬੁਝਾਉਣ ਵਾਲੇ ਹੋ ਗਏ ਪੁਲਿਸ ਹੋ ਗਈ ਅਗਰ ਉਹ ਸਰਵਿਸ ਨੇ ਤਾਂ ਉਹ ਸੋਸਤਾ ਕਰ ਸਕਦੇ ਨੇ ਲੇਕਿਨ ਉਹਦੇ ਤੋਂ ਇਲਾਵਾ ਕੋਈ ਇਹ ਕਾਮ ਗੱਡੀ ਵਾਲਾ ਇਸ ਪ੍ਰਾਈਵੇਟ ਪ੍ਰੋਪਰਟੀ ਦੇ ਅੱਗੇ ਸੋਸਤਾ ਨਹੀਂ ਕਰ ਸਕਦਾ ਜਿੱਥੇ ਵੀ ਇਹ ਸਾਈਨ ਲੱਗਾ ਹੁੰਦਾ ਹੈ ਫਰਮਾਇਤਾ ਹੀ ਇਜਾਜ਼ਤ ਹੈ ਲੇਕਿਨ ਸੋਸਤਾ ਨਹੀਂ ਕਰ ਸਕਦੇ ਲੇਕਿਨ ਸਵਾਲ ਕਹ ਰਿਹਾ ਇਲ ਸਿਗਨਲ ਰੈਫਿਗੁਰਾਟੋ ਕੋਂਸੈਂਤੇ ਲਾ ਸੋਸਤਾ ਕਿ ਪਾਰਕਿੰਗ ਕਰਨਾ ਇਜਾਜ਼ਤ ਹੈ ਪਰਟੀਕੁਲਾਰੀ ਕੈਟੇਗੋਰੀ ਕਾਸ ਕੈਟੇਗਰੀ ਦੀ ਵਹੀਕਲੀ ਕਿ ਖਾਸ ਕਿਸਮਾਂ ਦੇ ਵਹੀਕਲਸ ਨੂੰ ਸੋਸਤਾ ਇਜਾਜ਼ਤ ਹੈ ਫਾਲਸੋ ਸਵਾਲ ਨੰਬਰ 9

ਸਾਰੇ ਹੀ ਵਹੀਕਲਾਂ ਨੂੰ vero ਕਿਉਂਕਿ ਇਹ divieto di transito ਦਾ ਜੋ ਸਾਈਨ ਹੈ ਅਗਰ ਇਹ ਕਿਸੇ ਵੀ ਰੋਡ ਦੇ ਉੱਪਰ ਲੱਗਾ ਹੋਇਆ ਤੇ ਉਸ ਰੋਡ ਅੰਦਰ ਪੈਦਲਾਂ ਤੋਂ ਇਲਾਵਾ ਕੋਈ ਵੀ ਵਹੀਕਲ ਨਹੀਂ ਚੱਲ ਸਕਦਾ ਸਾਈਕਲਾਂ ਤੋਂ ਲੈ ਕੇ ਇੰਜਨ ਵਾਲੇ ਬਿਨਾਂ ਇੰਜਨ ਵਾਲੇ ਕਿਸੇ ਨੂੰ ਵੀ ਚੱਲਣ ਦੀ ਇਜਾਜ਼ਤ ਨਹੀਂ ਹੈਗੀ ਅਗਰ ਸਾਈਨ ਇਕੱਲਾ ਲੱਗਾ ਹੋਇਆ ਹੈ 10 ਨੰਬਰ Il segnale raffigurato, vieta ad autocaravan di massa complessiva pari a 6 tonnellate, effettuare manovre di sorpasso. Pan second, shuru hondene. Right answer hagaya? Falso. Tu che il segnale giocaria che sa detentanto. ਜਿਹੜੇ ਟਰੱਕਾਂ ਦਾ ਭਾਰ 3.5 ਟਨ ਤੋਂ ਸੁਪੀਰੀਅਰ ਹੈ ਸਿਰਫ ਉਹਨਾਂ ਨੂੰ ਮਨਾਹੀ ਆ ਕਿਉਂ ਟਰੱਕ ਕਿਸੇ ਇੰਜਨ ਵਾਲੇ ਨੂੰ ਓਵਰਟੇਕ ਨਹੀਂ ਕਰ ਸਕਦਾ ਲੇਕਿਨ ਸਵਾਲ ਤੇ ਆਨਨ ਇਲ ਸਿਨਿਆਲੇ ਵੀ ਆਈਤਾ ਸਿਗਨਲ ਮਨਾਹੀ ਦੇ ਰਿਹਾ ਆਉ ਤੋ ਕਾਰ ਆਵਾਂ ਕੈਂਪਰ ਮਾਸਾ ਕੰਪਲੇਸਿਵਾ ਪਾਰੀ ਸੇ ਟੋਨੇਲਾਤੇ ਕਹਿੰਦਾ ਅਗਰ ਆਉਟੋ ਕਾਰਾ ਵੰਦਾ ਟੋਟਲ ਭਾਰ 6 ਟਨ ਦੇ ਬਰਾਬਰ ਆ ਤਿਉਸ ਨੂੰ ਮਨਾਹੀ ਏ ਕਾਦੀ ਐਫੇਤਵਾ ਰੇ ਕਰਨਾ ਮਾਨੋਵਰੇ ਡਿਸੋਰਪਾਸੋ ਓਵਰਟੇਕ ਫਾਲਸੋ ਕਿਉਂਕਿ ਇੱਥੇ ਮਨਾਹੀ ਕੈਂਪਰ ਨੂੰ ਨਹੀਂ ਹੈਗੀ ਕਿਉਂਕਿ ਕੈਂਪਰ ਕੋਈ ਟਰੱਕ ਦੀ ਕੈਟਾਗਰੀ ਚ ਨਹੀਂ ਆਂਦਾ ਇਹਦੇ ਚ ਜਿਹੜੀ ਸਿਗਨਲ ਮਨਾਹੀ ਦੇ ਰਿਆ ਆ ਉਹ ਮਨਾਹੀ ਸਿਰ ਤੇ ਸਿਰਫ ਹੈਗੀ ਟਰੱਕਾਂ ਨੂੰ ਠੀਕ ਹੈ ਜੀ ਸੋ ਟਰੱਕਾਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਇਜਾਜ਼ਤ ਹੈ ਅਗਲਾ ਜੋ ਅਸੀਂ ਕੁਐਸਚਨ ਨੰਬਰ 11 ਦੇਖ ਰਹੇ ਹਾਂ ਇਲ ਸੇਗਨਲ ਰਾ ਫਿਗੂਰਾਟੋ ਸਿ ਰਿਫਰੀਸ਼ੇ ਆਈ ਵੈਕੋਲੀ ਅੰਕੇ ਸੇਸ ਪ੍ਰੋਵਿਸਤੀ ਦੀ ਮੋਟੋਰੇ 5 ਸੈਕਿੰਡ ਸ਼ੁਰੂ ਹੁੰਦੇ ਨੇ ਰਾਈਟ ਆਨਸਰ ਹੈਗਾ ਯਾ 11 ਨੰਬਰ ਸਵਾਲ ਦਾ ਜ਼ੀਰੋ ਜ਼ੀਰੋ ਕਿਉਂ ਆ ਦੇਖੋ ਜਿਹੜਾ ਸਾਈਨ ਆ ਇਹ ਦੱਸ ਰਿਹਾ ਲਰਗੇਸਾ ਮੈਕਸੀਮਾ ਕਿ ਅੱਗੇ ਇੱਕ ਤੰਗ ਰਸਤਾ ਹੈ ਉਸ ਤੰਗ ਰਸਤੇ ਦੇ ਅੰਦਰ ਸਿਰਫ ਉਹੀ ਵਾਹਕਲਾਂ ਨੂੰ ਲੰਘਣ ਦੀ ਇਜਾਜ਼ਤ ਹੈ ਜਿਨ੍ਹਾਂ ਦੀ ਮੈਕਸਿਮਮ ਚੌੜਾਈ 2.30 ਮੀਟਰ ਦੇ ਬਰਾਬਰ ਜਾਂ ਘੱਟ ਹੈ ਅਗਰ ਕਿਸੇ ਵਾਹਕਲ ਦੀ ਲਰਗੇਸਾ ਚੌੜਾਈ 2.3 मीटर ਤੋਂ ਸੁਪੀਰੀਅਰ ਹੈ ਤੇ ਉਹ ਵਹੀਕਲ ਉਸ ਤੰਗ ਰਸਤੇ ਚੋਂ ਨਹੀਂ ਲੰਘ ਸਕਦਾ ਤੇ ਇਹ ਸਾਈਨ ਹਰ ਲਈ ਲਾਗੂ ਆ ਯਾਨੀ ਕਿ ਚਾਹੇ ਉਹ ਇੰਜਨ ਵਾਲਾ ਹੈ ਚਾਹੇ ਉਹ ਬਿਨਾ ਇੰਜਨ ਵਾਲਾ ਹੈ ਚਾਹੇ ਰੀਮੋਰਕਿਓ ਵਾਲੇ ਨੇ ਹਰ ਕਿਸੇ ਲਈ ਲਾਗੂ ਆ ਇਲ ਸਿਗਨਲ ਐ ਰੈਫਿਗੁਰਾਟੋ ਕੈਂਦਾ ਇਹ ਜੋ ਸਿਗਨਲ ਦੇਖ ਰਹੇ ਹੋ ਸੀ ਰੀਫੇਰੀਸ਼ੇ ਇਹ ਲਾਗੂ ਹੈ ਆਈ ਵਈ ਕੋਲੀ ਉਹਨਾ ਵਹੀਕਲਾਂ ਲਈ ਵੀ Anche sprovvisti di motore. Che non è che Giobbina in giantone, una Levi e Signal Lago. Vero. Barra number. In presenza di segnale raffigurato, è sempre prevista la rimozione forzata del veicolo. 5 che in giro ओके सिग्नल ਦਾ ਰਾਈਟ ਆਨਸਰ ਜੋ ਆ ਉਹ ਆ ਫਾਲਸੋ ਇਹ ਸਵਾਲ ਫਾਲਸੋ ਕਿਉਂ ਆ ਦੇਖੋ ਜਿਹੜਾ ਸਾਈਨ ਆ ਇਹ ਕੱਲੀ ਮਨਾਹੀ ਦੇ ਰਿਹਾ ਸੋਸਤੇ ਦੀ ਫਰਮਾਤੇ ਦੀ ਨਹੀਂ ਕੱਲੀ ਸੋਸਤੇ ਦੀ ਤੇ ਇਸ ਸਿਗਨਲ ਜੇ ਇਹ ਸਾਈਨ ਇਕੱਲਾ ਲੱਗਾ ਹੋਇਆ ਤਾਂ ਉੱਥੇ ਖਾਲੀ ਸੋਸਤਾ ਕਰਨਾ ਮਨਾ ਹੈ ਲੇਕਿਨ ਤੁਹਾਡੀ ਗੱਡੀ ਨੂੰ ਨਹੀਂ ਚੱਕਦੇ ਜੇ ਸੋਸਤਾ ਕਰ ਵੀ ਦਿੱਤਾ ਤੁਹਾਨੂੰ ਜੁਰਮਾਨਾ ਹੋਏਗਾ ਲੇਕਿਨ ਗੱਡੀ ਨੂੰ ਨਹੀਂ ਚੱਕਦੇ ਲੇਕਿਨ ਗੱਡੀ ਤਾਂ ਚੱਕਦੇ ਨੇ ਜੇ ਇਹਦੇ ਨੀਚੇ ਗੱਡੀ ਚੱਕਣ ਵਾਲੀ ਫੱਟੀ ਹੋਵੇ। ਇਹ ਕਿ ਸਵਾਲ ਫਾਲਸੋ ਕਿਉਂ ਆ ਕਿ ਸਿਗਨਲ ਦੀ ਮੌਜੂਦਗੀ ਦੇ ਅੰਦਰ ਸੈਂਪਰੇ ਹਮੇਸ਼ਾ ਹੀ ਪ੍ਰੇ ਵਿਸਤਾ ਦਸਿਆ ਹੋਇਆ ਰਿਮੋਜ਼ਿਓਨੇ ਫੋਰਸਾਤਾ ਕਿ ਚੱਕ ਲੀਤਾ ਜਾਂਦਾ ਹੈ ਦਲ ਵੈਕੋਲੋ। ਕਿ ਅਭੀ ਸਿਗਨਲ ਦੀ ਮੌਜੂਦਗੀ 'ਚ ਹਮੇਸ਼ਾ ਗੱਡੀ ਨੂੰ ਉੱਥੋਂ ਚੱਕ ਲੀਤਾ ਜਾਂਦਾ ਹੈ ਯਾਨੀ ਕਿ ਉਸ ਜਗ੍ਹਾ ਤੋਂ ਗੱਡੀ ਨੂੰ ਉਠਾ ਲੀਤਾ ਜਾਂਦਾ ਹੈ। ਉਹ ਤੋਂ ਰਿਮੂਵ ਕਰ ਦਿੱਤਾ ਜਾਂਦਾ ਹੈ ਫਾਲਸ ਉਹਦੋਂ ਤੱਕ ਨਹੀਂ ਕਰਨਗੇ ਇਸ ਸਾਈਨ ਦੇ ਨਾਲ ਜਦ ਤੱਕ نیچے ਫੱਟੀ ਨਹੀਂ ਲੱਗੀ ਹੁੰਦੀ 13 ਨੰਬਰ ਇਲ ਸਿਗਨਲ ਐ ਰੈਫਿਗੁਰਾਟੋ ਵਿਏਤਾ ਇਲ ਟਰਾਂਸਿਟੋ ਅ ਤੁਤੀ ਲੀ ਆਉਟੋ ਕਾਰੀ ਕਾਰਰੋਜ਼ਾਤੀ ਕੋਨ ਫੁਰਗੋਨੀ ਚੀਉਸੋ 5 ਸੈਕਿੰਡ ਸ਼ੁਰੂ ਹੁੰਦੇ ਨੇ ओके ਸਵਾਲ ਹੈਗਾ ਆ ਫਾਲਸੋ ਫਾਲਸੋ ਕਿਉਂ ਆ ਦੇਖੋ ਜਿਹੜੇ ਸਾਈਨ ਆ ਇਹ ਟਰੱਕਾਂ ਨੂੰ ਮਨਾਹੀ ਦੇ ਰਿਹਾ ਐਸੇ ਟਰੱਕ ਜਿਨ੍ਹਾਂ ਦਾ ਭਾਰ 3.5 ਟਨ ਤੋਂ ਜ਼ਿਆਦਾ ਹੈ ਅਗਰ ਕਿਸੇ ਵੀ ਟਰੱਕ ਦਾ ਭਾਰ 3.5 ਟਨ ਤੋਂ ਉੱਪਰ ਹੈ ਤਾਂ ਉਹਨਾਂ ਟਰੱਕਾਂ ਨੂੰ ਸਿਗਨਲ ਚੱਲਣ ਦੀ ਮਨਾਹੀ ਦੇ ਰਿਹਾ ਲੇਕਿਨ ਇਹ ਨਹੀਂ ਕਹਿ ਰਿਹਾ ਕਿ ਉਹ ਟਰੱਕਾਂ ਨੂੰ ਮਨਾਹੀ ਹੈ ਜਿਨ੍ਹਾਂ ਦੀ ਪਿੱਛੋਂ ਛੱਤ ਬੰਦ ਆ ਜਾਂ ਛੱਤ ਓਪਨ ਆ ਮਨਾਹੀ ਸਿਗਨਲ ਦੇ ਰਿਹਾ ਆ ਅਗਰ ਇੱਕ ਟਰੱਕ ਦਾ ਭਾਰ 3.5 ਟਨ ਤੋਂ ਜ਼ਿਆਦਾ ਹੈ ਤਾਂ ਜਿਸ ਰੋਡ ਉੱਪਰ ਇਹ ਸਾਈਨ ਆ ਉਸ ਰੋਡ 'ਚੋਂ ਟਰੱਕ ਨਹੀਂ ਜਾ ਸਕਦਾ ਸਵਾਲ ਫਾਲਸੋ ਇਸ ਲਈ ਆ ਕਹਿੰਦਾ ਇਹ ਸਿਗਨਲ ਵਿਯਾਈਤਾ ਤ੍ਰਾਂਸੀ ਤੋਂ ਕਿ ਮਨਾਹੀ ਹੈ ਚੱਲਣਾ ਤੂਤੀ ਆਉਤੋ ਕਾਰੀ ਤੂਤੀ ਆਉਤੋ ਕਾਰੀ ਹੁੰਦਾ ਸਾਰੇ ਹੀ ਉਹ ਟਰੱਕ ਕਰੋत्साਤੀ ਜਿੰਨਾ ਦੀ ਬਾਡੀ ਫਰਗੋਨੇ ਕਿਊਜ਼ੋ ਬੰਦ ਹੈ ਕਿ ਸਾਰੇ ਹੀ ਉਹ ਟਰੱਕਾਂ ਨੂੰ ਚੱਲਣਾ ਮਨਾ ਜਿਨ੍ਹਾਂ ਦੀ ਬਾਡੀ ਪਿੱਛੋਂ ਛੱਤ ਬੰਦ ਹੈ ਯਾਨੀ ਕਿ ਬੰਦ ਛੱਤ ਵਾਲੇ ਸਾਰੇ ਟਰੱਕਾਂ ਨੂੰ ਚੱਲਣ ਦੀ ਸਿਗਨਲ ਮਨਾਹੀ ਦੇ ਰਿਹਾ ਫਾਲਸੋ ਦੇਖੋ ਸਿਗਨਲ ਚ ਮਨਾਹੀ ਛੱਤ ਦੇ ਰਿਲੇਟਿਡ ਨਹੀਂ ਹੈਗੀ ਵਜ਼ਨ ਦੇ ਰਿਲੇਟਿਡ ਹੈ ਹਾਂ ਉਹਨਾਂ ਸਾਰੇ ਟਰੱਕਾਂ ਨੂੰ ਮਨਾਹੀ ਹੈ ਜਿਨ੍ਹਾਂ ਦਾ ਭਾਰ 2.5 ਤੋਂ 3 ਟਨ ਤੋਂ ਵੱਧ ਹੋਏਗਾ ਸਵਾਲ ਨੰਬਰ 14 ਇਲ ਸਿਗਨਾਲੇ ਰਾ ਫਿਗੂਰਾਟੋ ਵਿਏ ਇਤਾ ਤ੍ਰਾਂਸੀਟੋ ਐ ਵਹੀਕੋਲੀ ਕੇ ਟ੍ਰਾਸਪੋਰਟਾਨੋ ਕਾਰਨੀ ਮਾਚੇਲਾਤੇ 5 ਸੈਕਿੰਡ ਸ਼ੁਰੂ ਹੁੰਦੇ ਨੇ ਓਕੇ ਸਵਾਲ ਦਾ ਆਨਸਰ ਹੈਗਾ ਫਾਲਸੋ ਫਾਲਸੋ ਕਿਉਂ ਆ ਦੇਖੋ ਜਿਹੜਾ ਸਾਈਨ ਬਣਿਆ ਹੋਇਆ ਇਹ ਕਹਿ ਰਿਹਾ ਕਿ ਜਿਹੜੇ ਵਹੀਕਲ ਖਤਰਨਾਕ ਸਮਾਨ ਲੈ ਕੇ ਜਾ ਰਹੇ ਨੇ ਮਰਚੀ ਪੈਰੀਕਲੋਸੇ ਤਾਂ ਉਹਨਾਂ ਨੂੰ ਮਨਾਹੀ ਆ ਜਿੱਦਾਂ ਕੋਈ ਪੈਟਰੋਲ ਲੈ ਕੇ ਜਾ ਰਿਹਾ ਕੋਈ ਡੀਜ਼ਲ ਲੈ ਕੇ ਜਾ ਰਿਹਾ ਜੋ ਮਰਚੀ ਪੈਰੀਕਲੋਸੇ ਹੁੰਦੇ ਨੇ ਅਗਰ ਕੋਈ ਵਹੀਕਲ ਮਰਚੀ ਪੈਰੀਕਲੋਸੇ ਲੈ ਕੇ ਜਾ ਰਿਹਾ ਤਾਂ ਉਹਨਾਂ ਨੂੰ ਮਨਾਹੀ ਆ ਸਿਗਨਲ 'ਤੇ ਹੋਰ ਕਿਸੇ ਨੂੰ ਨਹੀਂ ਸਵਾਲ ਫਾਲਸੋ ਇਸ ਲਈ ਆ ਕਹਿ ਰਿਹਾ ਧਿਆਨ ਨਾਲ ਸੁਣੋ ਇਲ ਸਿਗਨਲ ਐ ਰਾ ਫਿਗੁਰਾਟੋ ਵਿਏਟਾ ਇਲ ਟਰਾਂਸਿਟੋ कि चलन दी मनाही दे आई के 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 रिया आई व्हीइकली जो व्हीकल ट्रांसपोर्ट ਨੂੰ ਲੈ ਜਾ ਰਹੇ ਨੇ ਯਾਨੀ ਕਿ ਲੱਦ ਕੇ ਲੈ ਕੇ ਜਾ ਰਹੇ ਨੇ ਕਾਰਨੀ ਮੱਛੇ ਲਾਤੇ ਕਾਰਨੀ ਮੱਛੇ ਲਾਤੇ ਹੁੰਦਾ ਮੀਟ ਵਗੈਰਾ ਜੋ ਮੱਛਲਰੀਆ ਦੇ ਬਰਾਬਰ ਦੇ ਪ੍ਰਤੀਸਰੀ ਜੋ ਜੋ ਮੀਟ ਵਗੈਰਾ ਲੈ ਕੇ ਜਾ ਰਹੇ ਨੇ ਕਿਸੇ ਮਾਰਕੀਟ ਦਾ ਕਿਸੇ ਕੰਪਨੀ ਦਾ ਕਹਿ ਦिए ਸੋ ਕਹਿ ਰਿਹਾ ਕਿ ਇਹ ਸਾਈਨ ਉਹਨਾਂ ਵਹੀਕਲ ਨੂੰ ਚੱਲਣ ਦੀ ਮਨਾਹੀ ਦੇ ਰਿਹਾ ਜਿੰਨਾ ਵਹੀਕਲਾਂ 'ਚ ਮੀਟ ਲੱਦਿਆ ਹੋਇਆ ਹੈ ਫਾਲਸ 15 ਨੰਬਰ ਇਲ ਪ੍ਰੈਸੈਂza ਦੈਲ ਸਿਗਨਾਲੇ ਰੈਫਿਗੁਰਾਟੋ ਐ ਪਰਮੈਸਸੋ ਇਲ ਤ੍ਰਾਂਸਿਟੋ ਅ ਤੁਤੀ ਤ੍ਰੀਚਿਕਲੀ ਅ ਮੋਟੋਰੀ 5 ਸੈਕਿੰਡ ਸ਼ੁਰੂ ਹੁੰਦੇ ਨੇ ਓਕੇ ਸਵਾਲ ਦਾ ਰਾਈਟ ਆਨਸਰ ਹੈਗਾ ਆ ਫਾਲਸੋ ਫਾਲਸੋ ਕਿਉਂ ਆ ਦੇਖੋ ਜਿਹੜਾ ਸਾਈਨ ਆ ਇਹ ਦੱਸ ਰਿਹਾ ਕਿ ਤਿੰਨ ਟਾਇਰਾਂ ਤੋਂ ਵੱਧ ਟਾਇਰਾਂ ਵਾਲਾ ਯਾਨਕਿ 3 ਵੀਲਰ ਤੋਂ ਲੈ ਕੇ ਜਿੰਨੇ ਵੀ ਉਸ ਤੋਂ ਵੱਡੇ ਵਾਹਨ ਨੇ 3 ਵੀਲਰ 4 ਵੀਲਰ ਟਰੱਕ ਕਾਰਾਂ ਬੱਸਾਂ ਉਹਨਾਂ ਸਾਰਿਆਂ ਨੂੰ ਚੱਲਣਾ ਮਨਾ ਹੈ ਤੇ ਸਵਾਲ ਕੀ ਕਹਿ ਰਿਹਾ ਸਿਗਨਲ ਦੀ ਮੌਜੂਦਗੀ ਚ ਐ ਪਰਮਿਸਡੋ ਇਜਾਜ਼ਤ ਟਰਾਂਸੀਟ ਤੋਂ ਕਿ ਚੱਲਣਾ ਇਜਾਜ਼ਤ ਹੈ ਤੂਤੀ ਸਾਰੇ ਤ੍ਰਿਚਕਲੀ ਮੋਟਰੇ ਤ੍ਰਿਚਕਲੀ ਮੋਟਰੇ ਅੰਦਰ 3 ਵੀਲਰ ਕਿ ਸਾਰੇ 3 ਵੀਲਰਾਂ ਨੂੰ ਚੱਲਣਾ ਇਜਾਜ਼ਤ ਹੈ ਫਾਲਸੋ ਕਾਸਟੋਰ ਦੇ ਯਾਦ ਰੱਖਿਓ ਕਿਸੇ ਸਾਈਨ ਦੀ ਮੌਜੂਦਗੀ 'ਚ 3 ਵੀਲਰ ਤੋਂ ਉੱਪਰ ਜਿਹੜੇ ਵੀ ਵਹੀਕਲ ਬਣੇ ਨੇ ਇੰਜਨ ਵਾਲੇ ਉਹ ਸਾਰਿਆਂ ਨੂੰ ਮਨਾਹੀ ਆ 3-ਵਿਲਰ 4-ਵਿਲਰ ਗੱਡੀਆਂ ਬੱਸ ਕਾਰਾਂ ਸਾਰੇ ਸਿਰਫ ਕੌਣ ਚੱਲ ਸਕਦੇ ਨੇ ਬਿਨਾ ਇੰਜਨ ਵਾਲੇ ਤੇ ਦੋ ਟਾਇਰ ਵਾਲੇ ਜੋ ਇੰਜਨ ਵਾਲੇ ਵਾਹਨ ਨੇ ਜਿਦਾਂ ਚਿਕਲੋ ਮੋਟਰੇ ਦੋ ਟਾਇਰ ਵਾਲੀ ਜਾਂ ਫਿਰ ਮੋਟੋ ਚਿਕਲੋ ਉਹ ਚੱਲ ਸਕਦੀ ਹੈ ਲੇਕਿਨ ਤਿੰਨ ਟਾਇਰਾਂ ਤੋਂ ਉੱਪਰ ਵਾਲੇ ਸਾਰਿਆਂ ਨੂੰ ਮਨਾਹੀ ਆ ਸਵਾਲ ਕਰਾਇ ਇਜਾਜ਼ਤ ਹੈ ਇਸ ਲਈ ਕਿਹਾ ਫਾਲਸੋ 16 ਨੰਬਰ ਇਹ ਸਿਗਨਲ ਜੇ ਰਾ ਫਿਗੁਰਾਟੋ ਕਨਸੈਂਤੇ ਦੀ ਚਿਰਕੁਲਾਰੇ ਆ ਵੈਲੋਚਿਤਾ ਸੁਪੇਰੀਓਰੇ ਆ 50 1 ਸੈਕਿੰਡ ਸ਼ੁਰੂ ਹੁੰਦੇ ਨੇ ਓਕੇ ਜੀ ਇਹ ਜੋ ਸਵਾਲ ਹੈਗਾ ਯਾ ਵੇਰੋ ਆ ਵੇਰੋ ਇਸ ਲਈ ਆ ਕਿਉਂਕਿ ਸਿਗਨਲ ਦੱਸ ਰਿਹਾ ਕਿ 50 ਦੀ ਜੋ ਮੈਕਸਿਮਮ ਸਪੀਡ ਲਿਮਟ ਆ ਖਤਮ ਹੋ ਗਈ ਆ ਹੁਣ ਅਸੀਂ 50 ਤੋਂ ਉੱਪਰ ਯਾਨੀ ਕਿ 60 ਤੇ ਵੀ ਚੱਲ ਸਕਦੇ ਆ ਲੇਕਿਨ ਯਾਦ ਰੱਖਿਓ ਉਸ ਲਿਮਿਟ ਤੋਂ ਜ਼ਿਆਦਾ ਨਹੀਂ ਜੋ ਰੋਡ ਦੀ ਕਾਨੂੰਨੀ ਤੌਰ ਤੇ ਲਾਗੂ ਆ। ਸਵਾਲ ਨੂੰ ਪੜਦੇ ਆ। Il segnale raffigurato consente circolare. ਕਿ ਚੱਲਣਾ ਇਜਾਜ਼ਤ ਹੈ velocità superiore a 50. ਕਿ 50 ਤੋਂ ਜ਼ਿਆਦਾ ਸਪੀਡ ਤੇ ਚੱਲਣਾ ਇਜਾਜ਼ਤ ਹੈ। vero ਕਿਉਂਕਿ ਉਸ ਸਪੀਡ ਲਿਮਿਟ ਖਤਮ ਹੋ ਚੁੱਕੀ ਆ। ਇਸ ਲਈ vero. 17 ਨੰਬਰ इलसीन रा तो राइन जो बनिया होली सोस्ते भी मनाही दे रहा है जिस भी रोड से ये साइन लगे सोस्ता नहीं करना लेकिन उसी तो फिर माता कर सकते सो हो सो सवाल भी उ कह रहे इलसीना Che i manahidere è sosta parking di ma per non fermata. Che signa sosta di manahidere lekin fermate di nehi. So alzi da vero. Hara number. In presenza del segnale raffigurato è vietato il transito degli autotreni autosnondati autoarticolati articolati. One second, show ओके ਸੋ ਸਵਾਲ ਹੈਗਾ ਆ ਫਾਲਸੋ ਕਿਉਂਕਿ ਇਹ ਸਾਈਨ ਜੋ ਆ ਦੱਸ ਰਿਹਾ ਆ ਸਿਗਨਲ ਦੀ ਜੋ ਵਿਆਖਿਆ ਕੀ ਕਹਿੰਦੀ ਆ ਕਿ ਜੋ ਟਰੱਕਾਂ ਨੂੰ ਮਨਾਹੀ ਸੀਗੀ ਓਵਰਟੇਕ ਦੀ ਉਹ ਮਨਾਹੀ ਖਤਮ ਹੋਈ ਆ ਲੇਕਿਨ ਚੱਲਣਾ ਨਾ ਪਹਿਲਾ ਮਨਾ ਸੀਗਾ ਤੇ ਨਾ ਹੀ ਹੋਣ ਚੱਲਣਾ ਇੱਕ ਅਲੱਗ ਚੀਜ਼ ਆ ਓਵਰਟੇਕ ਇੱਕ ਅਲੱਗ ਚੀਜ਼ ਆ ਤੇ ਸਿਗਨਲ 'ਚ ਮਨਾਹੀ ਓਵਰਟੇਕ ਦੀ ਖਤਮ ਹੋ ਰਹੀ ਆ ਸਿਗਨਲ ਦੀ ਮੌਜੂਦਗੀ ਦੇ ਅੰਦਰ ਵਿਹੈਤਾ ਤੋਂ ਮਨਾਹੀਏ ਤ੍ਰਾਂਸੀ ਤੋਂ ਚੱਲਣਾ ਕਹਿੰਦੇ ਸਿਗਨਲ ਦੀ ਮੌਜੂਦਗੀ ਚ ਚੱਲਣਾ ਮਨਾ ਹੈ ਕਿਨਾਂ ਨੂੰ ਆਉ ਤੋਂ ਟ੍ਰੇਨੀ ਡਬਲ ਟਰਾਲੇ ਆਉ ਤੋਂ ਜ਼ਨੁੰਦਾਤੀ ਡਬਲ ਬੱਸਾਂ ਆਉ ਤੋਂ ਆਰਟੀਕੂਲੇਟਿਡ ਟਰਾਲਿਆਂ ਨੂੰ ਚੱਲਣਾ ਮਨਾ ਹੈ ਫਾਲਸੋ 19 ਨੰਬਰ in presenza segnale raffigurato è vietato sorpassare veicoli a motore diversi dai motocicli e dai ciclomotori 1 second shuru hunde ne swal hai gaya vero kyunki jehda sign tusi dekh rahe ho edi vyakhya sanu ki samjhandi hai ki jehde ਗੱਡੀਆਂ ਵਾਲੇ ਆਪਸ ਚ ਓਵਰਟੇਕ ਨਹੀਂ ਕਰ ਸਕਦੇ ਕਿ ਜਿਹੜੇ ਟਰੱਕ ਕਾਰਾਂ ਬੱਸਾਂ 4-ਵੀਲਰ ਇਹ ਆਪਸ ਚ ਇੱਕ ਦੂਸਰੇ ਨੂੰ ਓਵਰਟੇਕ ਨਹੀਂ ਕਰ ਸਕਦੇ ਲੇਕਿਨ ਉਹ ਸਾਰੇ ਕਿਹਨਾਂ ਨੂੰ ਓਵਰਟੇ ਕਰ ਸਕਦੇ ਨੇ ਮੋਟਰਸਾਈਕਲ ਅਤੇ ਚਿਕਲੋਮੋਟਰੀ ਸਵਾਲ ਚ ਵੀ ਉਹੀ ਲਿਖਿਆ ਹੋਇਆ ਆ ਧਿਆਨ ਨਾਲ ਸੁਣਿਓ ਕਿੰਸ ਸਿਗਨਲ ਦੀ ਮੌਜੂਦਗੀ ਚ ਇਹ ਵਿਏਟਾਤੋ ਸੋਰਪਾਸਾਰੇ ਮਨਾਹੀ ਹੈ ਓਵਰਟੇਕ ਵਹੀ ਕੋਲੀ ਅ ਮੋਟੋਰੀ ਓਨ ਇੰਜਨ ਵਾਲੇ ਵਹੀਕਲਸ ਤੋਂ ਵਿਏਟਾਤੋ ਸੋਰਪਾਸਾਰੇ ਵਹੀਕਲੀ ਮੋਟੋਰੀ ਕਿ ਉਸ ਇੰਜਨ ਵਾਲਿਆਂ ਤੋਂ ਮਨਾ ਹੈ ਦੀ ਵੈਰਸੀ ਜੋ ਅਲਗ ਨੇ ਮੋਟੋਸਾਈਕਲ ਚਿਕਲੋਮੋਟਰ ਕਿ ਮੋਟਰਸਾਈਕਲ ਮੋਟਰੀਨਾ ਤੋਂ ਅਲੱਗ ਜੋਨੇ ਉਹਨਾਂ ਨੂੰ ਆਪਸ ਚ ਓਵਰਟੇਕ ਦੀ ਮਨਾਹੀ ਆ vero ਕਿਉਂ ਕਿ ਕਿਉਂਕਿ ਅਸੀਂ ਇਸ ਸਾਈਨ ਦੀ ਮੌਜੂਦਗੀ ਚ ਜੇਕਰ ਇੱਕ ਕਾਰ ਵਾਲੇ ਦੀ ਗੱਲ ਕਰੀਏ ਗੱਡੀ ਦੀ ਤੇ ਉਹ ਮੋਟਰਸਾਈਕਲ ਚਿਕਲੋਮੋਟਰੇ ਨੂੰ ਕਰ ਸਕਦਾ ਓਵਰਟੇਕ ਲੇਕਿਨ ਇੱਕ ਗੱਡੀ ਗੱਡੀ ਨੂੰ ਓਵਰਟੇਕ ਨਹੀਂ ਕਰ ਸਕਦੀ ਸੋ ਸਵਾਲਾ vero ਉਸ ਤੋਂ ਬਾਅਦ ਗੱਲ ਕਰਦੇ ਹਾਂ ਅਗਲਾ ਸਵਾਲ ਵੀ ਨੰਬਰ Il segnale raffigurato consente il transito di autovetture che trainano un carrello appendice 5 second shuru hunde ne Okay so alda answer hage vero vero isliye kyunki signal mana hi de reya ਬਿਲਕੁਲੀ ਅਬਰਾਚਾ ਕਾਰੇਟੀ ਮਾਨੋ ਯਾਨੀ ਕਿ ਰੇਡੀਆਂ ਨੂੰ ਚੱਲਣਾ ਮਨਾ ਹੈ ਯਾਨੀ ਕਿ ਜਿਹੜੀ ਰੇਡੀਆਂ ਇੱਕ ਇਨਸਾਨ ਹੀ ਚਲੰਦਾ ਆ ਉਹਨਾਂ ਨੂੰ ਮਨਾਇਆ ਬਿਲਕੁਲੀ ਬਰਾਚਾ ਲੇਕਿਨ ਉਹਦੇ ਤੋਂ ਇਲਾਵਾ ਬਾਕੀ ਸਾਰੇ ਚੱਲ ਸਕਦੇ ਨੇ ਸੋ ਸਵਾਲ ਇਸ ਲਈ ਵੀਰੋਆ ਕਿਉਂਕਿ ਸਿਗਨਲ ਕਹਿ ਰਿਹਾ ਇਲ ਸਿਗਨਾਲੇ ਰਾ ਫਿਗੁਰਾਟੋ ਕੋਂਸੈਂਤੇ ਕਿ ਇਜਾਜ਼ਤ ਹੈ ਤ੍ਰਾਂਸੀਤੋ ਆਉਟੋ ਵੇਟੂਰੀ ਉਨਾ ਕਾਰਾਂ ਦਾ ਚੱਲਣਾ ਤਰਾਹੀ ਨਾਲ ਨੂੰ ਜਿਨ੍ਹਾਂ ਨੇ ਤੋਚਣ ਕੀਤੀ ਹੋਈ ਆ ਕਰੈ ਲੋ ਆਪਾਂ ਦੀ ਜੇ ਕਿ ਜਿਸ ਕਾਰਨ ਨੇ ਆਪਣੇ ਪਿੱਛੇ ਛੋਟੀ ਟਰਾਲੀ ਪਾਈ ਕੀ ਆ ਉਸ ਨੂੰ ਚੱਲਣ ਦੀ ਇਜਾਜ਼ਤ ਹੈ ਬੇਰੋ ਕਿਉਂਕਿ ਮਨਾਹੀ ਸਿਰਫ ਬਰਾਚੋ ਯਾਨੀ ਕਿ ਵਹੀਕਲ ਲਈ ਬਰਾਚਾ ਜੋ ਨੇ ਉਹਨਾਂ ਨੂੰ ਮਨਾਇਆ ਬਾਕੀ ਸਾਰੇ ਚੱਲ ਸਕਦੇ ਸੋ ਕਹਿੰਦਾ ਮੈਂ ਕਿ ਰੇਡੀਆਂ ਵਾਲੇ ਨਹੀਂ ਚੱਲ ਸਕਦੇ ਬਾਕੀ ਸਾਰੇ ਚੱਲ ਸਕਦੇ ਲਾਸਟ ਸਵਾਲ ਕਰਦੇ ਹਾਂ Il segnale raffigurato divieto di, di sosta per veicoli servizio di invalidi ed indica il più vicino parcheggio. Pansaikin, su ronde. Sosual, so la right answer è falso. Eko falso isliaia, cucchi segnale. ਅਸਲ ਚ ਕੀ ਕਹਿ ਰਿਹਾ ਕਿ ਸੋਸਤੇ ਦੀ ਮਨਾਹੀ ਆ ਕਿਉਂਕਿ ਪਰਕੇਜੋ ਜੋ ਉਹ ਥੇ ਉਹ ਪਰਕੇਜੋ ਹੈਂਡੀਕੈਪ ਲੋਕਲੀ ਬਣੀ ਹੋਈ ਆ ਪਰਕੇਜ ਸਾਈਨ ਇੱਕ ਐਸੀ ਜਗ੍ਹਾ ਤੇ ਲੱਗਾ ਜਿੱਥੇ ਆਲਰੇਡੀ ਹੈਂਡੀਕੈਪ ਲੋਕਾਂ ਦੀ ਹੀ ਪਾਰਕਿੰਗ ਆ ਲੇਕਿਨ ਸਵਾਲ ਕੀ ਕਹਿ ਰਿਹਾ ਇਲ ਸਿਗਨਲ ਹੈ ਕਿ ਇਹ ਜਿਹੜਾ ਸਾਈਨ ਦੇਖ ਰਹੇ ਹੋ ਦੀ ਵੀ ਆਈ ਤੋਂ ਦੀ ਸੋਸਤਾ ਕਿ ਇਹ ਸੋਸਤਾ ਮਨਾਹੀ ਦੇ ਰਿਹਾ ਪੇਰ ਪੇਰ ਹੁੰਦਾ ਲਈ ਵਹੀ ਕੋਲੀ ਸਰਵਿਜ਼ਿਓ ਡਿਨਵਾਲਿਦੇ ਕਿ ਹੈਂਡੀਕੈਪ ਲੋਕਾਂ ਦੇ ਵਾਹਨ ਨੂੰ ਸੋਸਤਾ ਮਨਾ ਹੈ ਐਡ ਇੰਡੀਕਾ ਓਰੇਵੀ ਦੱਸ ਰਿਹਾ ਪਿਊ ਵਿਚੀਨੋ ਪਾਰਕੇਜੋ ਕਿ ਬਹੁਤ ਨਜ਼ਦੀਕ ਪਾਰਕਿੰਗ ਵੀ ਹੈ ਫਾਲਸੋ ਦੇਖੋ ਜਿੱਥੇ ਸਾਈਨ ਲੱਗਾ ਉੱਥੇ ਹੀ ਪਾਰਕਿੰਗ ਆ ਇਹ ਨਹੀਂ ਕਿ ਉੱਥੇ ਮਨਾ ਹੈ ਸੋ ਸਵਾਲ ਕਹਿ ਰਿਹਾ ਕਿ ਉੱਥੇ ਸੋਸਤਾ ਮਨਾ ਹੈ ਔਰ ਨਜ਼ਦੀਕ ਪਾਰਕਿੰਗ ਵੀ ਹੈਗੀ ਹੈ ਇਸ ਲਈ ਸਵਾਲਾ ਫਾਲਸੋ ਹੈਂਡੀਕੈਪ ਲੋਕਾਂ ਨੂੰ ਇਜਾਜ਼ਤ ਆ ਸੋ ਸਵਾਲ ਕਰ ਰਿਹਾ ਕਿ ਉਹਨਾਂ ਨੂੰ ਮਨਾਹੀ ਆ ਸੋ ਇੱਥੇ ਹੀ ਸਾਡਾ ਅੱਜ ਦਾ ਟੈਸਟ ਖਤਮ ਹੁੰਦਾ ਆ ਉਮੀਦ ਕਰਦਾ ਤੁਹਾਨੂੰ ਇਹ ਟੈਸਟ ਵਧੀਆ ਲੱਗਾ ਹੋਵੇਗਾ ਔਰ ਤੁਹਾਡਾ ਟੈਸਟ ਵੀ ਵਧੀਆ ਰਿਹਾ ਹੋਵੇਗਾ ਸੋ ਅਗਰ ਤੁਸੀਂ ਇਦਾਂ ਦੇ ਟੈਸਟ ਹੋਰ ਦੇਖਣਾ ਚਾਹੁੰਦੇ ਹੋ ਹੋਰ ਕਰਨਾ ਚਾਹੁੰਦੇ ਹੋ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਜੋ ਤੁਹਾਡੇ ਹੋਰ ਨਾਲ ਦੇ ਰਿਸ਼ਤੇਦਾਰ ਤੁਹਾਡੇ ਰਿਲੇਟਿਵ ਅਗਰ ਇਗਜ਼ਾਮ ਦੇਣਾ ਚਾਹੁੰਦੇ ਆ ਥਿਉਰੀ ਕਰ ਰਹੇ ਆ ਸੋ ਉਹਨਾਂ ਦੀ ਵੀ ਹੈਲਪ ਹੋ ਸਕੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਸੋ ਮਿਲਦੇ ਆ ਬਹੁਤ ਹੀ ਜਲਦੀ ਅਗਲੀ ਵੀਡੀਓ ਚ ਇੱਕ ਨਵੇਂ ਟੈਸਟ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ